ਅਸਲਾਮ ਵਾਲੇਕਮ ਜੀ ਦੋਸਤੋ, ਮੈਂ ਇਸ ਵੇਲੇ ਮੌਜੂਦ ਹਾਂ ਜੀ ਜ਼ਿਲ੍ਹਾ ਸ਼ੇਖੂਪੁਰਾ, ਤਹਿਸੀਲ ਸਫਦਰਾਬਾਦ, ਅਤੇ ਪਿੰਡ ਹੈਗਾ ਜੀ ਥੋਥੀਆਂ ਕਲਾਂ, 10 ਚੱਕ ਥੋਥੀਆਂ ਕਲਾਂ ਪਿੰਡ ਹੈ ਜੀ। ਇੱਥੇ ਜੀ ਡਿਸਕ ਮੁਕਾਬਲਾ ਪਹਿਲੇ ਸਾਲ ਅੱਜ ਹੋਣ ਲੱਗਾ ਜੀ, ਅਤੇ ਕਮੇਟੀ ਸਾਡੇ ਨਾਲ ਇਹਨਾਂ ਨਾਲ ਗੱਲਬਾਤ ਕਰਦੇ ਹਾਂ, ਕਿਹੜੇ ਕਿਹੜੇ ਟਰੈਕਟਰ ਇੱਥੇ ਆ ਰਹੇ ਆ ਔਰ ਕੀ ਇਹਨਾਂ ਦੇ ਰੂਲ ਹੈ ਔਰ ਕਿਸ ਤਰ੍ਹਾਂ ਮੁਕਾਬਲਾ ਕਰਵਾ ਰਹੇ ਆ। ਅਸਲਾਮ ਵਾਲੇਕਮ ਜੀ। ਵਾਲੇਕਮ ਸਲਾਮ। ਅੱਛਾ ਬਾਈ, ਆਪਣਾ ਨਾਮ ਦੱਸਿਓ ਜ਼ਰਾ। ਤੈਯਬ ਨਾਂ ਜੀ ਆਪਣਾ। ਤੈਯਬ ਜੱਟ ਸਾਹਿਬ ਜੀ। ਔਰ ਆਪਣੇ ਚੇਅਰਮੈਨ ਕਿਹੜੇ ਕਮੇਟੀ ਦੇ ਜੀ? ਆਪਣੇ ਨਾਲ ਜ਼ਾਹਿਦ ਭਾਈ ਨੇ, ਅਰਫਾਨ ਸਾਹਿਬ ਨੇ। ਇਹ ਡਿਸਕ ਮੁਕਾਬਲਾ ਤੁਸੀਂ ਆਪਣਾ ਕਰਵਾ ਰਹੇ ਹੋ ਅੱਜ ਆਪਣੇ ਪਿੰਡ 'ਚ? ਹਾਂਜੀ। ਤੇ ਇਹ ਇੱਥੇ ਪਹਿਲੀ ਵਾਰੀ ਕਰਵਾ ਰਹੇ ਹੋ? ਹਾਂਜੀ, ਸਾਡੇ ਇਲਾਕੇ 'ਚ ਜੀ, ਅਸੀਂ ਆਪਣੇ ਇਲਾਕੇ 'ਚ ਪਹਿਲੀ ਵਾਰੀ ਡਿਸਕ ਮੁਕਾਬਲਾ। ਕਿਸ ਤਰ੍ਹਾਂ ਸ਼ੌਕ ਬਣਿਆ ਤੁਹਾਡਾ ਜੀ? ਸਾਡਾ ਦੋਸਤਾਂ ਦਾ ਹੀ ਸ਼ੌਕ ਸੀ, ਤੇ ਕੁਝ ਸਾਡਾ ਨਾ ਮੇਲਾ ਲੱਗਦਾ, ਬਾਰਿਸ਼ ਹੋਣ ਦੀ ਵਜ੍ਹਾ ਤੋਂ ਥੋੜਾ ਡਿਲੇ ਹੋਣ ਦੀ ਵਜ੍ਹਾ ਤੋਂ। ਅੱਛਾ, ਮੇਲਾ ਕਿਹੜੀ ਤਰੀਕ ਨੂੰ ਲੱਗਦਾ? 31 ਅਗਸਤ ਵਾਲੇ। 31 ਅਗਸਤ ਜੀ। ਹਾਂਜੀ। ਤੇ ਬਾਰਿਸ਼ਾਂ ਦੀ ਵਜ੍ਹਾ ਤੋਂ ਮੌਸਮ ਖਰਾਬ ਲੇਟ ਹੋਣ ਦੀ ਵਜ੍ਹਾ ਤੋਂ? ਅੱਛਾ ਜੀ, ਤੁਸੀਂ ਟੂਰਨਾਮੈਂਟ ਥੋੜਾ ਲੇਟ ਕਰ ਲਿਆ। ਹਾਂਜੀ। ਤੇ ਬਾਕੀ ਆਪਣਾ ਕੀ ਤਰੀਕਾ ਕਾਰ ਹੈ, ਕੋਈ ਐਂਟਰੀ ਫੀਸ, ਕੋਈ ਰੂਲ ਆਪਣੇ ਕੀ? ਐਂਟਰੀ ਫੀਸ ਜਿਹੜੀ ਹੈ ਸਾਡੀ ਵੱਡੇ ਟਰੈਕਟਰ ਦੀ 5000 ਰੁਪਈਆ ਹੈ, ਛੋਟੇ ਟਰੈਕਟਰ ਦੀ 3000 ਰੁਪਈਆ ਹੈ। ਸਹੀ ਹੋ ਗਿਆ। ਉਸ ਤੋਂ ਇਲਾਵਾ ਜਿਹੜੇ ਰੂਲ ਨੇ ਉਹਦੇ 'ਚ ਫੱਟੀ ਨਹੀਂ ਲਾ ਸਕਦਾ ਕੋਈ ਬੰਦਾ ਵੀ, ਹੈ ਫੱਟੀ ਉਤਾਰ ਲਈ ਜਾਏਗੀ। ਠੀਕ ਹੈ ਜੀ। ਹਰ ਗੱਡੀ 2 ਚੱਕਰ ਲਾਏਗੀ, ਜਿਹੜੀ ਗੱਡੀ 2 ਚੱਕਰ ਘੱਟ ਟਾਈਮ 'ਚ ਲਾਏਗੀ ਉਹ ਵਿਨਰ ਹੋ ਜਾਏ। ਟੋਚਰ ਮੁਕਾਬਲਾ ਨਹੀਂ ਅਜੇ ਕਰਵਾ ਰਹੇ? ਨਹੀਂ, ਟੋਚਰ ਮੁਕਾਬਲਾ ਆਉਂਦੇ ਸਾਲ ਇਨਸ਼ਾਅੱਲਾ ਹੋਏ, ਆਉਂਦੇ ਸਾਲ ਹੋਏਗਾ। ਬਾਕੀ ਇਨਾਮਾਤ ਕੀ ਦੇ ਰਹੇ ਜੀ? ਇਨਾਮਾਤ ਪਹਿਲੀ ਗੱਡੀ ਜਿਹੜੀ ਹੈ ਉਹ 40000 ਰੁਪਈਆ ਮਿਲੇਗਾ ਜੀ ਬੀਮਾ ਟਰਾਫੀ। ਸਹੀ। ਦੂਸਰੀ ਗੱਡੀ ਦਾ 20000 ਰੁਪਈਆ ਬੀਮਾ ਟਰਾਫੀ। ਠੀਕ ਹੋ ਗਿਆ ਜੀ। ਹਾਂਜੀ। ਤੇ ਕਿਹੜੇ ਕਿਹੜੇ ਟਰੈਕਟਰ ਆਪਣੇ ਕੋਲ ਆ ਰਹੇ? ਕਿਹੜੀ ਗੱਡੀ ਆਪਣੇ ਜਿਹੜੇ ਅਸੀਂ ਟੂਰਨਾਮੈਂਟ 'ਚ ਪਾਏ ਨੇ ਉਹ 2640 ਹੈ ਫੀਏਟ, 480 ਹੈ ਫੀਏਟ। ਠੀਕ ਹੋ ਗਿਆ। ਫੀਏਟ ਦਾ ਅਸੀਂ ਮੁਕਾਬਲਾ ਪਹਿਲੇ ਸਾਲ ਇਸ ਤੋਂ ਕਰਵਾ ਰਹੇ ਹਾਂ ਕਿ ਇਸ ਸਾਲ ਸਾਨੂੰ ਤਜਰਬਾ ਹੋ ਜਾਏਗਾ, ਤਜਰਬੇ ਤੋਂ ਬਾਅਦ ਅਸੀਂ ਫਿਰ ਆਉਂਦੇ ਸਾਲ ਇਨਸ਼ਾਅੱਲਾ 85 ਵੀ ਪਾਵਾਂਗੇ, ਬਲਾਰਸ ਵੀ ਪਾਵਾਂਗੇ, ਹਰ ਟਰੈਕਟਰ ਪਾਵਾਂਗੇ। ਠੀਕ ਹੋ ਗਿਆ ਜੀ। ਅੱਛਾ ਜੀ, ਆਪਾਂ ਸਾਰੇ ਜੱਟ ਜ਼ਿਮੀਦਾਰ ਬੰਦੇ ਆ ਤੇ ਜੱਟਾਂ ਦੇ ਹਾਲਾਤ ਤੁਹਾਨੂੰ ਪਤਾ ਅੱਜ ਕੱਲ ਮਾੜੇ ਹੀ ਆ। ਬਿਲਕੁਲ ਜੀ। ਇਸ ਇਲਾਕੇ 'ਚ ਮੇਰੇ ਕੋਲ ਸਬਜ਼ੀ ਵਾਲੇ ਬੰਦੇ ਬਚੇ ਆ। ਸਬਜ਼ੀ ਵਾਲੇ ਵੀ ਜੀ ਇਦਾਂ ਹੀ ਬਚੇ ਆ ਜੀ, ਇਹ ਵੀ ਗੱਲ ਹੀ ਆ ਜੀ। ਬਸ ਗਰਮੀ ਬਹੁਤ ਨੁਕਸਾਨ ਕਰ ਗਈ ਸਭ, ਨੁਕਸਾਨ ਹਰ ਫਸਲ ਦੇ, ਹਰ ਫਸਲ ਮੁਤਾਸਰ ਹੋਈ ਹੈ ਜੀ ਗਰਮੀ ਤੋਂ, ਜ਼ਿਮੀਦਾਰਾਂ ਦੇ ਉਦਾਂ ਹੀ ਹਾਲਾਤ ਮਾੜੇ। ਹਾਂ, ਇਹ ਤੇ ਫਿਰ ਨਾ ਰੌਣਕ ਵੀ ਲੱਗਣੀ ਚਾਹੀਦੀ ਹੈ। ਹਾਂਜੀ, ਸ਼ੁਕਰ ਮੇਲਾ ਆਪਣੇ ਆ, ਵੇਖੋ ਕਿੰਨੇ ਬੰਦੇ ਇੱਥੇ ਆਏ, ਨਾਲ ਨਾਲ ਦੇਖਦੇ ਆ ਜੀ। ਥੋੜਾ ਤਾਰਫ ਕਰਵਾ ਦਿਓ ਭਾਈਆਂ ਦਾ। ਜ਼ਾਹਿਦ ਸਾਹਿਬ, ਇਰਫਾਨ ਸਾਹਿਬ, ਚੌਰੀ ਅਫਜ਼ਲ ਸਾਹਿਬ ਨੇ, ਵਿਕਾਸ ਸਮਰਾ ਸਾਹਿਬ, ਇਮਰਾਨ ਖਰਾ ਸਾਹਿਬ। ਠੀਕ ਹੋ ਗਿਆ ਜੀ। ਸਾਰੇ ਇਹ 10 ਚੱਕ ਦੇ ਹੀ ਆ? 10 ਚੱਕ ਦੇ ਨੇ ਮਾਸ਼ਾਅੱਲਾ ਜੀ ਸਾਰੇ। ਤੇ ਟਰੈਕਟਰ ਵੀ ਆਪਣੇ ਪਿੰਡ ਦੇ ਹੀ ਆ? ਪਿੰਡ ਦੇ ਵੀ ਨੇ, ਸ਼ਾਹਕੋਟ ਵੀ ਆਏ ਨੇ, ਕਾਠ ਚੱਕ ਤੋਂ ਵੀ ਆਏ ਨੇ, ਹੋਰ ਵੀ ਨਾਲ ਨਾਲ ਪਿੰਡ ਅਬਦੁੱਲਾਪੁਰ ਕੋਲਰਾਂ ਤੋਂ ਆਏ ਨੇ, ਨਵਾਂ ਪਿੰਡ। ਸਹੀ ਹੋ ਗਿਆ। ਚਲੋ ਜੀ, ਆਪਾਂ ਸਟਾਰਟ ਕਰਦੇ ਹਾਂ ਪ੍ਰੋਗਰਾਮ। ਹਾਂਜੀ। ਤੇ ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਵੀ ਇਨਵਾਈਟ ਕੀਤਾ। ਬਿਲਕੁਲ ਜੀ। ਤੇ ਆਪਣੇ ਇਲਾਕੇ 'ਚ ਹੋ ਰਿਹਾ ਸੀ ਕਿ ਚਲੋ ਦਿਖਾਈਏ ਕੀ ਕਿਸ ਤਰ੍ਹਾਂ ਦਾ ਪ੍ਰੋਗਰਾਮ ਹੁੰਦਾ। ਹਾਂਜੀ। ਤੇ ਬਾਕੀ ਦੋਸਤ ਤੁਹਾਨੂੰ ਦਿਖਾਉਂਦੇ ਆ ਜੀ, ਕਰੋ ਜੀ ਸਟਾਰਟ ਆਪਣਾ। ਆ ਜਾਓ ਜੀ। ਲਓ ਜੀ ਦੋਸਤੋ, ਤੁਹਾਨੂੰ ਟਰੈਕਟਰ ਦਿਖਾ ਦਿੰਦੇ ਆ ਜੀ, ਜਿਹੜੇ ਜਿਹੜੇ ਇੱਥੇ ਆਏ ਆ, 385 ਸ਼ਿੰਗਾਰਿਆ ਆ, ਨਵਾਂ ਕੋਟ ਫਾਇਆ ਵਾਲੀ ਤੋਂ ਆਏ ਨੇ ਭਾਈ, ਇਹਨਾਂ ਦਾ ਨਾਮ। ਹਾਂਜੀ, ਆਏ ਆ ਜੀ। ਤੇ ਇਹ ਨਵਾਂ ਹੀ ਆ ਟਰੈਕਟਰ, ਤੇ ਛਾਤੇ ਤੇਰੀ ਆ ਜੱਟ ਦੀ ਲੱਗੀ ਆ। ਅੱਛਾ ਭਾਈ, ਦੱਸੋ ਕਿ ਟਰੈਕਟਰ ਦੇ ਨਾਲ ਤੇ ਟੋਚਣ ਵਾਸਤੇ ਤਾਂ 3 ਚੀਜ਼ਾਂ ਜ਼ਰੂਰੀ ਹੁੰਦੀਆਂ ਨੇ, ਇੱਕ ਡਰਾਈਵਰ, ਹਾਂਜੀ, ਕਲਚ ਪਲੇਟ, ਟਾਇਰ। ਬਿਲਕੁਲ। ਤੇ ਡਿਸਕ ਵਾਸਤੇ ਨਾਲ ਇੰਜਨ ਵੀ ਜ਼ਰੂਰੀ ਹੁੰਦਾ ਹੈ। ਬਿਲਕੁਲ ਜੀ, ਇੰਜਨ ਤੋਂ ਬਗੈਰ ਟਰੈਕਟਰ ਖਚਾਈ ਨਹੀਂ ਕਰੇਗਾ, ਜਿਹੜਾ ਬੰਦਾ ਖਚਾਈ ਨਾ ਕਰੇਗਾ, ਜਿਹੜਾ ਟਰੈਕਟਰ ਉਹ ਜਿੱਤ ਨਹੀਂ ਸਕਦਾ। ਜਿੱਤ ਨਹੀਂ ਸਕਦਾ। ਇਹਨਾਂ ਟਰੈਕਟਰ ਤਿਆਰ ਵੀ ਕੀਤੇ ਨੇ ਕਿ ਉਂਝ ਲਾਏ ਨੇ? ਅਸੀਂ ਤੇ ਆਖਿਆ ਸੀ ਜੀ, ਜੋ ਕਿਸੇ ਕੋ ਹੁੰਦਾ ਹੈ ਉਹ ਕਰਕੇ ਲਿਆਵੇ, ਆਪਣਾ ਤਸੱਲੀ ਕਰਕੇ ਆਵੇ, ਟੂਬਾਂ 'ਚ ਪਾਣੀ ਨਹੀਂ ਬਸ ਪਾਉਣਾ, ਉਸ ਤੋਂ ਇਲਾਵਾ ਜੋ ਮਰਜ਼ੀ ਆਪਣਾ, ਜਿਵੇਂ ਮਰਜ਼ੀ ਹੋਣ। ਹਾਂਜੀ, ਬਾਕੀ ਜੋ ਮਰਜ਼ੀ। ਠੀਕ ਹੋ ਗਿਆ ਜੀ। ਅੱਛਾ, ਇਹ ਟਰੈਕਟਰ 85 ਹੈ, ਇਹਦੇ ਨਾਲ ਟਾਇਰ ਕਿਹੜੇ ਆਏ? ਇਹਦੇ ਨਾਲ 18,030 ਦੇ ਟਾਇਰ, 18,030 ਸਰਵਿਸ ਕੰਪਨੀ ਦੇ ਜੀ। ਆ ਜਾਓ ਜੀ, ਤੁਹਾਨੂੰ ਦੋਸਤੋ ਵਿਖਾਈ ਜਾਂਦੇ ਨਾਲ ਨਾਲ ਬੰਦੇ ਕੀ ਕਰਕੇ ਆਏ ਨੇ ਇੱਥੇ। ਇਹਨਾਂ ਨਾਲ ਜੀ ਸਰਵਿਸ ਚੈਂਪੀਅਨ ਦਾ ਟਾਇਰ ਹੈ ਜੀ। ਅੱਗੇ ਆਇਆ ਜੀ ਆਪਣਾ 640। ਇਹ ਕਿਹੜਾ ਮਾਡਲ ਹੈ ਜੀ? ਕਿਹੜਾ ਮਾਡਲ? ਆਇਆ ਜੀ 98 ਜੀ। ਤੇ ਕੀ ਨਾਮ ਤੇਰਾ?
ਮੇਰਾ ਨਾਮ ਤਨਵੀਰ ਜੀ। ਕਿਹੜੇ ਪਿੰਡ? ਅਸੀਂ 67 ਸਾਕੇ ਬਣਾਉਂਦੇ। ਲਓ ਜੀ, ਇਹਦੇ ਨਾਲ ਵੀ ਇਹੀ ਨਾਲੋਂ ਅੱਗੇ ਚੱਲੀਏ ਜੀ। ਇਹ ਮੇਰੇ ਖਿਆਲ ਨਾਲ ਅੱਗੇ ਵੀ ਜਿੱਤਿਆ ਟਰੈਕਟਰ ਉੱਥੋਂ, ਫੈਸਲਾਬਾਦ ਜਿੱਤਿਆ। ਲਓ ਜੀ, ਆਇਆ ਜੀ ਉੱਥੋਂ ਜਹਾਂਗੀਰ ਵਾਲੇ ਮੇਲੇ ਤੋਂ ਜਿੱਤ ਕੇ। ਇਹਦੇ ਨਾਲ ਵੀ ਸਰਵਿਸ ਚੈਂਪੀਅਨ ਦੇ ਆ ਜੀ, ਵਿਨਰ ਟਰੈਕਟਰ ਹੈ ਜੀ, ਸਰਵਿਸ ਚੈਂਪੀਅਨ। ਅੱਗੇ ਚੱਲਦੇ ਹਾਂ ਜੀ, ਤੁਹਾਨੂੰ ਅਗਲੇ ਟਰੈਕਟਰ ਵਿਖਾਉਂਦੇ ਹਾਂ। ਇਹ ਦੋ ਹੋ ਗਏ ਨੇ। ਇਹ ਕਿਹੜਾ ਜੀ? ਇਹ ਵੀ 51 ਨੰਬਰ ਜਿੱਤ ਕੇ ਆਇਆ ਜੀ। ਇਹ ਵੀ ਸ਼ਾਹਕੋਟ ਦਾ ਟਰੈਕਟਰ ਹੈ ਅਤੇ ਜਹਾਂਗੀਰ ਮੇਲੇ ਜਿੱਤਿਆ। ਇਹਦੇ ਨਾਲ ਕਿਹੜੇ ਟਾਇਰ ਭਾਜੀ? ਇਹਦੇ ਨਾਲ ਜੀ ਸਰਵਿਸ ਕੰਪਨੀ ਦੇ ਟਾਇਰ ਨੇ। ਸਾਰੇ ਸਰਵਿਸ ਚੈਂਪੀਅਨ ਨਾਲ ਜਿੱਤਣ ਡੇ ਨੇ। ਅੱਗੇ ਚੱਲਦੇ ਜੀ, ਸਰਵਿਸ ਚੈਂਪੀਅਨ ਜੀ। ਇੱਧਰ ਇਹ ਕਿਹੜਾ ਜੀ? ਇਹ 480 ਟਰੈਕਟਰ ਹੈ ਜੀ। ਇਹ ਕਿਹੜਾ ਮਾਡਲ ਹੈ? ਇਹ ਮਾਡਲ ਭਾ 2000 ਮਾਡਲ। ਇਹਨਾਂ ਨੇ ਕਿਹੜੇ ਟਾਇਰ ਲਿਆਂਦੇ ਪਵਾ ਕੇ? ਨਵੇਂ ਹੀ ਹੈ। ਇਹਨਾਂ ਨੂੰ 13 ਦੇ ਟਾਇਰ ਨੇ, 13 ਦੇ ਤੇ ਇਹ ਸਰਵਿਸ ਹੀ ਹੈ ਜੀ। ਇਹ ਚੈੱਕ ਕਰ ਲਓ, ਸਰਵਿਸ ਟਾਇਰ ਦੇ ਆ ਵੀ ਸਰਵਿਸ ਟਾਇਰ ਇੱਧਰ। ਇਹ ਮੇਲੇ ਤਾਂ ਸਰਵਿਸ ਡਾਟਾ ਹੈ। ਅੱਗੇ ਜੀ ਆ ਗਾਜ਼ੀ ਆਇਆ ਟਰੈਕਟਰ ਜੀ, ਗਾਜ਼ੀ 0 ਹੀ ਆ ਗਿਆ। ਹਾਂਜੀ, 0 ਮੀਟਰ ਗਾਜ਼ੀ ਆ ਗਿਆ। ਠੀਕ ਹੋ ਗਿਆ ਜੀ। ਇਹ ਵੀ ਵੇਖਦੇ ਆ ਜੀ ਕੀ ਕਰਦਾ। ਇਹਦੇ ਨਾਲ ਟਾਇਰ ਵੇਖੋ ਕਿਹੜੇ? ਇਹਦੇ ਨਾਲ 14928 ਜੀ। 14 ਦੇ ਹੁੰਦੇ ਆ। ਕੰਪਨੀ ਕਿਹੜੀ ਦੇ ਆ? ਇਹ ਜਰਨਲ ਕੰਪਨੀ, ਜਰਨਲ ਦੇ ਆ ਜੀ। ਅੱਗੇ ਆ ਜਾਓ। ਇਹ ਕਿਹੜਾ ਜੀ? ਕਿੰਨੇ ਮਾਡਲ? 88 ਮਾਡਲ ਆ ਜੀ, 88 ਮਾਡਲ 480। ਇਹ ਕਿਹੜੇ ਜੀ? ਪੈਂਥਰ ਦੇ ਟਾਇਰ ਨੇ, ਪੈਂਥਰ ਦੇ ਜੀ। ਅੱਗੇ ਆ ਗਿਆ 640 ਜਰਨਲ ਦੇ ਟਾਇਰ ਨੇ ਜੀ। ਸਾਡੇ ਦੇ ਟਾਇਰ ਵੀ ਦੱਸੀ ਜਾਓ। ਜਰਨਲ ਦੇ ਟਾਇਰ ਨੇ ਸਰ, ਜਰਨਲ ਦੇ ਜੀ। 640 ਆ ਅਗਲਾ। ਆਏ ਜੀ 2006 ਮਾਡਲ ਟਰੈਕਟਰ ਹੈ, ਇਹਨੂੰ MRF ਦੇ ਟਾਇਰ ਨੇ, 16-9-3 ਦੇ, 16-9 ਜੀ। ਤੇ ਇਹ ਜੀ ਆ ਗਿਆ 4x4। ਹਾਂਜੀ, ਇਹਦੇ ਨਾਲ ਹੈ ਜੀ ਜਰਨਲ ਦੇ, ਪੈਂਥਰ ਦੇ। ਬਿਲਕੁਲ ਜੀ, ਇਹਦੇ ਨਾਲ ਪੈਂਥਰ ਦੇ। ਇਹ 85 ਮਾਡਲ ਹੈ ਜਨਾਬ, 19 ਮਾਡਲ ਹੈ ਜੀ। ਇਹ ਵੀ ਪੈਂਥਰ ਹੈ, ਪੈਂਥਰ ਟਾਇਰ ਜੀ। ਅੱਗੇ ਆ ਜਾਓ ਜੀ। ਇਹ ਕਿਹੜਾ ਆਇਆ ਜੀ? ਇਹ ਜੇ ਜੀ ਫੀਅਰ 640 84 ਮਾਡਲ, 84 ਮਾਡਲ ਹੈ ਜੀ। ਇਹਦੇ ਨਾਲ ਜੀ 16-9-3 ਪੈਂਥਰ ਟਾਇਰ। ਅੱਗੇ ਆਓ, ਆਪਣਾ ਪਾਕਿਸਤਾਨ। ਲਓ ਜੀ, ਆ ਵੀ 6 ਮਾਡਲ ਲੈਣਾ, 5 ਮਾਡਲ ਟਰੈਕਟਰ ਆ ਜੀ। ਸਾਡੇ ਪਿੰਡ ਦਾ ਸਭ ਤੋਂ ਸੋਹਣਾ ਟਰੈਕਟਰ ਇਹ ਹੀ ਆ ਜੀ। ਲਓ ਜੀ, ਇਹ ਸਭ ਤੋਂ ਸੋਹਣਾ ਤੇ ਵੇਖੋ ਇਹ ਕਰਦਾ ਕੀ ਹੈ। ਹਾਂਜੀ, ਇਹਦੇ ਨਾਲ ਕਿਹੜੇ ਆ ਜੀ ਟਾਇਰ ਤੇ ਮਾਡਲ? ਇਹਦੇ ਨਾਲ ਟਾਇਰ ਜੀ ਸੀਡ ਕੰਪਨੀ ਦੇ ਟਾਇਰ ਜੀ, ਸੀਡ ਦੇ ਜੀ। ਅੱਗੇ ਆ ਜਾਓ, ਟਰੈਕਟਰ ਫੀਅਰ, ਫੀਅਰ 4x12 ਮਾਡਲ ਟਰੈਕਟਰ ਜੀ। ਲਓ ਜੀ, 12 ਮਾਡਲ ਹੈ, ਇਹਦੇ ਨਾਲ ਪੈਂਥਰ ਹੈ ਜੀ। ਹੈ ਜੀ, ਇਹ ਵੀ ਬਾਹਰ ਦੇ ਟਾਇਰ ਇਹਨਾਂ ਦੇ ਨਾਲ ਹੈ। ਨਹੀਂ, ਇਹ ਜਰਨਲ ਦੇ ਮੇਰਾ ਖਿਆਲ, ਪਾਵਰ ਦੇ ਨੇ ਜੀ, ਇਹ ਡਬਲ ਪਾਵਰ, ਬੁੱਲ ਪਾਵਰ ਜੀ। ਨਹੀਂ ਨਹੀਂ, ਇਹ ਜਰਨਲ ਦੇ ਹੀ ਹੈ, GTR ਦੇ ਹੀ। ਇਹ ਜਰਨਲ ਟਾਇਰ ਦੇ ਹੀ ਆ, ਵੇਖੋ ਨਾ। ਹਾਂਜੀ, ਜਰਨਲ ਹੀ ਹੈ ਜੀ, ਜਰਨਲ ਹੀ ਹੈ ਜੀ, ਇਹ ਹੀ। ਹਾਂਜੀ, ਬਾਕੀ ਟਰੈਕਟਰ ਉੱਧਰ ਵੀ ਖੜੇ ਨੇ ਜੀ, ਟਰੈਕਟਰ ਹੋਰ ਵੀ ਆ ਰਹੇ ਨੇ। ਇੱਕ ਡਿਲੈਕਸ ਆਇਆ ਜੀ, ਆ ਜੀ ਤਈਏ ਭਾਈ, ਇਹ ਡਿਲੈਕਸ ਵਾਲਾ ਇੱਕ ਬਾਹਰ ਹੀ ਖਲੋ ਗਿਆ ਆਣ ਕੇ। ਹਾਂਜੀ, ਇਹ ਸ਼ੁਕਲ ਵੇਖਣ ਆਇਆ ਜੀ ਸਰ ਜੀ, ਐਂਡ ਤੇ ਪਾਉਣੀਆਂ ਨੇ ਇਹਨੇ ਟਿਕਟਾਂ। ਅੱਛਾ, ਹਾਂਜੀ। ਲਓ ਜੀ, ਇਹ ਵੀ ਡਿਲੈਕਸ ਆਇਆ ਜੋ ਨਵਾਂ ਹੀ ਹੈ, 0 ਮੀਟਰ ਟਰੈਕਟਰ ਹੈ ਜੀ। ਲੱਗਦਾ ਇਹਦੇ ਨਾਲ ਤੰਗ ਹੋਏਗਾ ਡਿਸਕਾਂ ਤੇ ਟਰੈਕਟਰ, ਕਿਉਂਕਿ ਵੇਟ ਲੱਗੇ ਨੇ। ਹਾਂਜੀ, ਤੇ ਇਹਨਾਂ ਨੇ ਬਾਹਰ ਹੀ ਖੜਾ ਕੀਤਾ ਹੈ, ਇਹਨਾਂ ਨੇ ਵੈਸੇ ਫੇਰਨ ਵਾਸਤੇ ਸ਼ੌਕੀਆ ਤੌਰ ਤੇ ਲੈ ਕੇ ਆਏ, ਲੈ ਕੇ ਆਏ ਨੇ ਜੀ ਵਿਖਾਉਣ ਵਾਸਤੇ ਜੀ। ਹਾਂਜੀ, ਇਹ ਜੀ ਆਪਣਾ ਨਵਾਂ ਹੀ ਟਰੈਕਟਰ ਆਇਆ ਜੀ। ਬਿਲਕੁਲ ਜੀ, 0 ਮੀਟਰ ਟਰੈਕਟਰ। ਚਲੋ ਜੀ, ਤਈਏ ਭਾਈ, ਬਾਕੀ ਹੁਣ ਪ੍ਰੋਗਰਾਮ ਵੇਖਦੇ ਹਾਂ ਜੀ। ਹਾਂਜੀ, ਪ੍ਰੋਗਰਾਮ ਇਨਸ਼ਾਅੱਲਾ ਜੀ ਸਟਾਰਟ ਕਰਨ ਲੱਗੇ ਹਾਂ ਜੀ। ਭਾਈ ਫੁੱਲ ਗਰਮੀ ਜੀ, ਕਿਵੇਂ ਤੁਹਾਨੂੰ ਜ਼ੇਹਨ ਬਣਿਆ? ਸਾਡਾ ਨਾ ਮੇਲੇ ਦਾ ਪ੍ਰੋਗਰਾਮ ਸੀ, ਮੇਲਾ ਡਿਲੇ ਹੋਣ ਦੀ ਵਜ੍ਹਾ ਤੋਂ ਸਾਡਾ ਪ੍ਰੋਗਰਾਮ ਲੇਟ ਹੋ ਗਿਆ, ਠੰਡ ਕਰ ਦਿੱਤੀ, ਉਹ ਅੱਲਾ ਨੇ ਅੱਜ ਠੰਡ ਕਰ ਦਿੱਤੀ ਆ। ਹਾਂਜੀ, ਚਲੋ ਜੀ, ਇਹ ਭਾਈ ਆ ਗਏ ਨੇ, ਤੁਸੀਂ ਬਾਹਰ ਹੀ ਖੜਾ ਕੀਤਾ ਹੈ, ਕੀ ਗੱਲ ਹੈ? ਚਲੋ ਆਵਾਜ਼ਾਂ ਤਾਂ ਮਨ ਮਾਰਨ ਡੇ, ਤੁਸੀਂ ਆਏ ਨੀ ਬਈ। ਆਹ ਕਿਹੜਾ ਮਾਡਲ ਆਇਆ? 89 ਮਾਡਲ ਹੈ ਜੀ, ਸਿੰਗਲ ਲੀਵਰ, ਸਿੰਗਲ ਲੀਵਰ ਆ ਜੀ, 89 ਮਾਡਲ ਹੈ। ਹਾਂਜੀ, ਜੋਰੀ ਅਫਜ਼ਲ ਦਾ ਟਰੈਕਟਰ ਹੈ, ਬੜਾ ਉਹਨਾਂ ਨੇ ਸ਼ੁਰੂ ਤੋਂ ਬੜਿਆ ਸਾਲਾਂ ਤੋਂ ਉਹਨਾਂ ਸਾਂਭ ਕੇ ਰੱਖਿਆ ਹੈ। ਹਾਂਜੀ, ਅੱਜ ਵਿਖਾ ਦਿੱਤਾ, ਵੇਚਦੇ ਨਹੀਂ ਆਇਆ ਉਹਨਾਂ ਨੇ, ਨਵਾਂ 85 ਆਂਦੇ ਲੈ ਲੈਣਾ, ਇਹਨੂੰ ਨਹੀਂ ਵੇਚ। ਚਲੋ ਅੱਜ ਅਸੀਂ ਵੀ ਇੰਤਜ਼ਾਰ ਕਰ ਲਿਆ ਦਾ। ਹਾਂਜੀ, ਸਿੰਗਲ ਲੀਵਰ ਟਰੈਕਟਰ ਜੀ, ਮਾਸ਼ਾਅੱਲਾ। ਚਲੋ ਅੱਗੇ ਇੱਧਰ ਟਰੈਕਟਰ ਵੇਖਦੇ ਜੀ, ਆ ਜਿਹੜੇ ਆ ਚੈੱਕ ਕਰੋ ਜੀ, ਇਹ ਗਾਜ਼ੀ ਹੈ ਜੀ ਸਰ, 2008 ਮਾਡਲ, 2008 ਮਾਡਲ ਗਾਜ਼ੀ ਜਨਰਲ ਟਾਇਰ ਤੁਹਾਡੇ ਸਾਹਮਣੇ ਆ।
ਤਈਏ ਭਾਈ ਇੱਧਰ ਆਇਓ। ਇਹ ਟਾਇਰਾਂ ਨੂੰ ਜਿਹੜੇ ਇਹ ਕੱਟ ਵਾਲੇ ਮਸਲੇ ਆਉਂਦੇ ਨੇ ਕਿਉਂ ਆਉਂਦੇ ਨੇ? ਇਹ ਸਰ ਜੀ ਜਰਨਲ ਦੇ ਨਾ ਪਲਾਈ ਜਿਹੜੇ ਨਾ ਟਾਇਰਾਂ ਦੀ ਘੱਟ ਦਿੰਦੇ ਨੇ। 8 ਪਲਾਈ ਦਾ ਟਾਇਰ ਹੈ ਤੇ ਜਦੋਂ ਚੱਲ ਚੱਲ ਕੇ ਨਾ ਖੁਸ਼ਕ ਹੋ ਜਾਂਦਾ ਟਾਇਰ, ਉਹਦੀ ਵਜ੍ਹਾ ਤੋਂ ਆ ਟਾਇਰਾਂ ਜਿਹੜੀਆਂ ਛੱਡ ਦਿੰਦਾ ਨਾ ਗਰਮੀ ਦੀ ਵਜ੍ਹਾ ਤੋਂ ਖੁਸ਼ਕ ਹੋ ਕੇ ਟਾਇਰ। ਇਹਨਾਂ ਨੂੰ ਚਾਹੀਦਾ ਹੈ ਜਰਨਲ ਵਾਲਿਆਂ ਨੂੰ ਆਪਣੀ ਪਲਾਈ ਵਧਾਉਣ। ਇਹਨਾਂ ਦਾ ਸਨ 90 ਤੋਂ ਲੈ ਕੇ 89 ਤੋਂ ਲੈ ਕੇ ਜੋ 8 ਪਲਾਈ ਉਦੋਂ ਸੀ, ਅੱਜ ਸਨ 24 ਤੱਕ ਵੀ ਉਹੀ ਇਹਨਾਂ ਦੀ 8 ਪਲਾਈ ਚੱਲਣ। 8 ਪਲਾਈ ਹੈ ਜੀ। ਚਲੋ ਜੀ ਅੱਗੇ ਦੂਸਰੇ ਟਰੈਕਟਰ ਨੂੰ ਦੇਖਦੇ ਹਾਂ। ਇਹ ਕਿਹੜਾ ਭਾਈ ਮਾਡਲ ਹੈ ਜੀ? 2024 ਮਾਡਲ ਜੀ, 2024 ਮਾਡਲ 640 ਹੈ ਜੀ। ਹਾਂਜੀ, ਇਹ ਪੌਣਾ ਡਿਸਕਾਂ ਦੇ ਜੀ? ਹਾਂਜੀ ਪੈਣਾ ਜੀ ਸਾਜੀ ਡਿਸਕਾਂ। ਅੱਛਾ ਜੀ, ਤੇ ਇਹ ਇਹਦੇ ਨਾਲ ਕਿਹੜੇ ਟਾਇਰ ਹੈ ਜੀ? ਇਹਦੇ ਨਾਲ ਜਰਨਲ ਕੰਪਨੀ ਦੇ 16-9-30 ਦੇ ਟਾਇਰ ਦੇ ਜੀ। ਇਹਦੇ ਨਾਲ ਟਾਇਰ ਹੈ 24 ਮਾਡਲ ਹੈ। ਤੇ ਇਹ ਜੀ ਆ ਜੀ 2005 ਮਾਡਲ ਟਰੈਕਟਰ ਹੈ ਜੀ, 5 ਮਾਡਲ ਹੈ ਜੀ। ਹਾਂਜੀ, ਇਹਦੇ ਨਾਲ ਵੀ ਜਰਨਲ ਦੇ ਟਾਇਰ। ਹਾਂਜੀ, ਆ ਚੈੱਕ ਕਰੋ ਇਹਨੂੰ ਭਾਈ, ਕੀ ਕੀ ਤਿਆਰ ਕੀਤਾ ਜੀ ਤੁਸੀਂ? ਕੀ ਕੀ ਕਰਾਇਆ ਭਾਈ? ਬੰਪਰ ਲਵਾਇਆ ਵਾ, ਛੱਤ ਲਵਾਈ ਆ। ਅੱਛਾ, ਡੱਬੇ ਛੱਬੇ ਜੜਾਂ ਵਾਲੇ ਦਾ ਸਾਰਾ ਸਮਾਨ ਲਵਾਇਆ ਵਾ। ਲੋ ਭਾਈ ਰਿਆਜ਼ ਕੋ ਛੱਤ ਲਵਾਈ ਆ। ਠੀਕ ਹੋ ਗਿਆ ਜੀ। ਛੱਤ ਉੱਥੇ ਜਾ ਕੇ ਲਿਆਂਦੀ ਕਿ ਇੱਥੇ ਆ ਗਈ ਸੀ? ਛੱਤ ਇੱਥੇ ਹੀ ਆ ਗਈ ਸੀ ਜੀ। ਇੱਥੇ ਆਨਲਾਈਨ ਹੀ ਆ ਗਈ ਸੀ? ਹਾਂਜੀ। ਕਿੰਨੇ ਪੈਸੇ ਦੀ ਮਿਲੀ ਤੁਹਾਨੂੰ? ਛੱਤ ਸਾਨੂੰ ਮਿਲੀ ਸੀ 1,10,000 ਰੁਪਏ। ਕਿੰਨੇ ਸਾਲ ਹੋ ਗਏ ਲਾਈਨ ਨੂੰ? ਤਕਰੀਬਨ 1.5 ਸਾਲ ਹੋ ਗਿਆ। ਤੇ ਸਹੀ ਜੀ ਆਪਣਾ ਕੋ ਟੁੱਟ ਪਾ ਜੀ? ਬਹੁਤ ਸੈਟ ਆ, ਬਹੁਤ ਬਿਹਤਰ। ਠੀਕ ਹੋ ਗਿਆ ਜੀ। ਤੇ ਆਪਣਾ ਕੋ ਦੂਸਰਾ ਟਰੈਕਟਰ ਕਿਹੜਾ ਜੀ? ਗਾਜ਼ੀ ਆ ਜੀ। ਗਾਜ਼ੀ? ਹਾਂਜੀ। ਇਹ ਜੀ ਇਹਨਾਂ ਨੇ 0 ਟਰੈਕਟਰ ਲੈ ਆਂਦਾ ਹੈ। ਅੱਛਾ ਜੀ, ਕਮੇਟੀ ਵਾਲੇ ਬੁਲਾ ਰਹੇ। ਬਾਕੀ ਹੈ ਜੀ ਇਹਨਾਂ ਦਾ ਗਾਜ਼ੀ ਆ, ਇਹ 0 ਹੀ ਲੈ ਆਂਦਾ। ਇਹ 0 ਲਿਆ, 0 ਲਿਆ ਤੈਬਾ ਫਾਰਮ ਵਾਲੇ ਕੋ। ਅੱਛਾ ਜੀ, ਤੇ ਕਿੰਨਾ ਚੱਲ ਗਿਆ ਇਹ? ਤਕਰੀਬਨ 20 ਘੰਟੇ ਚੱਲਿਆ। ਬਸ ਬਾਨਿੰਗ ਵੀ ਨਹੀਂ ਹੋਈ? ਨਹੀਂ ਹੋਈ ਹੈ ਜੀ। ਇੱਥੇ ਕਰਨੀ ਹੈ? ਬਸ ਸ਼ੌਕ ਨਹੀਂ। ਠੀਕ ਹੋ ਗਿਆ ਜੀ। ਇਹ ਜੀ ਬਾਕੀ ਜੀ ਤਾਂ ਦੂਸਰਾ ਵੀ ਬੜਾ ਸ਼ਕੀਰ ਬੰਦਾ ਲੈ ਕੇ ਟਰੈਕਟਰ ਵੀ ਤੁਹਾਨੂੰ ਦਿਖਾਉਂਦੇ ਆ। ਤੁਹਾਡਾ ਨਾਮ ਕੀ ਹੈ ਜੀ? ਅਜ਼ਮਾਨ। ਅਜ਼ਮਾਨ ਸਾਹਿਬ ਜੀ, ਇਹਨਾਂ ਨੇ ਛੱਤ ਜਿਹੜੀ ਲਵਾਈ ਹੈ, ਪਿੱਛੇ ਸਾਊਂਡ ਸਿਸਟਮ ਹੈ। ਅੱਛਾ ਭਾਈ, ਇਹ ਦੱਸੋਗੇ ਟਾਇਰਾਂ ਦੇ ਬਾਰੇ ਦੱਸੋ? ਅੱਜ ਕੱਲ੍ਹ ਜ਼ਿਮੀਦਾਰ ਜਿਹੜੇ ਨਾ ਉਹ ਬੜਾ ਦੇਖਦੇ ਆ ਵੀ ਟਾਇਰ ਸਾਨੂੰ ਕਿਹੜਾ ਪਾਉਣਾ ਚਾਹੀਦਾ। ਟਾਇਰ ਸਰਵਿਸ ਦਾ ਬਹੁਤ ਪਸੰਦ ਕਰਦੇ, ਸੈਟ ਸਰਵਿਸ ਦਾ ਅੱਛਾ ਵਾ, ਜਨਰਲ ਟਾਇਰ ਨਹੀਂ ਜੀ ਠੀਕ। ਅੱਛਾ, ਜਨਰਲ ਅਸੀਂ ਦੇਖਿਆ ਕਿ ਉਹ ਤੇੜਾਂ ਆਉਂਦੀਆਂ ਨੇ। ਹਾਂਜੀ, ਉਹ ਤੇੜਾਂ ਆ ਜਾਂਦੀਆਂ। ਠੀਕ ਹੋ ਗਿਆ ਜੀ। ਤੁਹਾਨੂੰ ਇਹਦੀ ਕੋਈ ਮਸਲਾ ਆਇਆ ਕਿ ਨਹੀਂ? ਨਹੀਂ, ਹਜੇ ਤੱਕ ਸਾਨੂੰ ਕੋਈ ਮਸਲਾ ਨਹੀਂ। ਅੱਛਾ ਜੀ, ਕਿ 1.5 ਸਾਲ ਹੋ ਗਿਆ ਸਹੀ ਚੱਲ? ਹਾਂਜੀ, ਬਿਲਕੁਲ ਠੀਕ ਚੱਲ ਰਿਹਾ। ਠੀਕ ਹੋ ਗਿਆ ਜੀ। ਬਾਕੀ ਹੁਣ ਡਿਸਕਾਂ ਦਾ ਲੱਗਣਾ ਪਤਾ? ਚਲੋ ਅੱਲਾ ਖੈਰ ਕਰੇ। ਗ੍ਰਿਪ ਕੀ ਕਿੰਨੀ ਕੁ ਕਰਦਾ ਤੇ ਕੀ ਕਰਦਾ? ਹਾਂ ਬਿਲਕੁਲ ਜੀ। ਚਲੋ ਜੀ, ਬਾਕੀ ਹੁਣ ਮੈਂ ਉਧਰ ਕੰਮ ਸਟਾਰਟ ਹੋਣ ਲੱਗਾ। ਚਲੋ ਠੀਕ ਹੈ। ਲਓ ਜੀ, ਆ ਟਰਾਲੇ ਤੇ ਆਮ ਜਿਹੜੀ ਆਈ ਹੈ ਜੀ, ਬਾਕੀ ਕਮੇਟੀ 480 ਦੀਆਂ ਪਰਚੀਆਂ ਵੈਣ ਲੱਗੀਆਂ ਵਾ। ਸਬਸਕ੍ਰਾਈਬ ਮੇਰੇ ਬਾਰੇ ਬਾਈ ਜੀ, ਜਿਹੜੇ ਡਰਾਈਵਰ ਹੈ ਨਾ, 480 ਆ ਰਹੇ ਉਹ ਇੱਥੇ ਆ ਜਿਹੜੇ ਬੜੀ ਪਰਚੀਆਂ ਵੈਣ ਲੱਗੀਆਂ ਵਾ, ਤਾਂ ਕਿ ਅਸੀਂ ਮੈਸ਼ਨ ਕਰੀਏ। ਬਾਅਦ ਵਿੱਚ ਸਾਡਾ ਕੋਈ ਬੰਦਾ ਇਤਰਾਜ਼ ਨਾ ਕਰੇ ਕਿ ਸਾਡਾ ਯਾਰ ਸਾਡੀ ਪਰਚੀ ਇੱਥੇ ਸੀ ਇੱਥੇ ਸੀ। ਸਬਸਕ੍ਰਾਈਬ ਮੇਰੇ ਬਾਰੇ 480 ਦੇ ਜਿੰਨੇ ਵੀ ਮਾਲਕ ਹੈ ਨਾ ਗੱਡੀ ਦੇ ਜਿਹੜੇ ਡਰਾਈਵਰ ਆ, ਉਹ ਇੱਥੇ ਸਟੇਜ ਲੱਗੇ ਭਾਈ ਜ਼ਾਹਰ ਸਿੰਘ ਜੀ, ਇੱਥੇ ਆ ਪਰਚੀਆਂ ਵੈਣ ਲੱਗੀਆਂ। ਚੱਕ ਨੰਬਰ 10 ਖੋਥੀਆਂ ਦੇ ਵਿੱਚ ਟਰੈਕਟਰਾਂ ਦਾ ਡਿਸਕਾਂ ਦਾ ਮੁਕਾਬਲਾ, ਬਹੁਤ ਹੀ ਅਣਫਸ ਵਾਲੇ ਮੈਚ ਹੁੰਦੇ ਪਏ ਆ ਬਾਈ। 480 ਗੱਡੀਆਂ ਦੇ ਮੁਕਾਬਲੇ ਹੁੰਦੇ ਪਏ ਆ, ਔਰ ਜਿਹੜਾ ਪਾਕਿਸਤਾਨ ਦਾ ਨੰਬਰ 1 ਡਿਸਕਾਂ ਦਾ ਮੁਕਾਬਲਾ ਹੁੰਦਾ ਨਾ, ਸਾਡੇ ਚੱਕ ਨੰਬਰ 253 ਜਹਾਂਗੀਰ ਕਲਾਂ 'ਚ ਸਾਡੇ ਬਾਈ ਸਰਦਾਰ, ਸਾਡਾ ਵੀਰ, ਸਾਡੇ ਬਾਈ ਜਿਹੜੇ ਰਾਜਪੂਤਾਂ ਦਾ ਪ੍ਰਧਾਨ ਸਾਡਾ ਬਾਈ ਕਰਾਉਂਦੇ ਆ ਰਾਣਾ ਬਾਬਰ ਫਰੋਮ ਅਮੈਰੀਕਾ, ਉਹਨਾਂ ਦੇ ਨਾਲ ਨਾਲ ਸਾਡਾ ਬਾਈ ਰਾਣਾ ਕਾਮਰਾਨ, ਉਹਦੇ ਨਾਲ ਰਾਣਾ ਅਦਨਾਨ ਕੋਰੀਆ ਵਾਲੇ, ਉਹਨਾਂ ਦੇ ਨਾਲ ਨਾਲ ਸਾਡੇ ਆਲ ਨਬੀ ਉਲਾਦੀ ਅਲੀ ਸੈਯਦ ਬਾਈ ਕਰਾ ਰਹੇ ਨੇ, ਔਰ ਪਾਕਿਸਤਾਨ ਦਾ ਨੰਬਰ 1 ਟਰੈਕਟਰਾਂ ਦਾ ਸਰਦਾਰ ਯਾਸਰ ਜੱਟ ਸਿੰਧੀ, ਉਹਨਾਂ ਦੇ ਨਾਲ ਨਾਲ ਹੀ ਸਾਡਾ ਸਰਦਾਰ ਰਜ਼ਾਕ ਜੱਟ, ਹਰ ਸਾਲ ਹੀ ਬਹੁਤ ਤਕੜਾ ਟਰੈਕਟਰਾਂ ਦਾ ਚੋਜਨ ਮੁਕਾਬਲਾ ਕਰਾਉਂਦੇ ਆ। 253
ਸਾਡਾ ਬੱਚਾ ਜਿਹੜਾ ਜਿੱਤਣ ਡਿਆ ਸੀ ਉਹਨੇ ਬੜੀ ਮਹਿਸੂਸ ਕੀਤੀ ਇਹ ਗੱਲ, ਲੇਕਿਨ ਤੁਹਾਨੂੰ ਮੌਕਾ ਸਿਰਫ ਇਸ ਵਾਸਤੇ ਦਿੱਤਾ ਕਿ ਅਸੀਂ ਬੜੇ ਫਰਾਂਸ ਦੇ ਲੋਕ ਹਾਂ, ਤੁਸੀਂ ਕਦੀ ਜ਼ਿੰਦਗੀ 'ਚ ਯਾਦ ਰੱਖਿਓ ਕਿ ਅਸੀਂ ਥੋਥੀਆਂ ਗਏ ਸਾਂ ਔਰ ਅਸੀਂ ਇੱਕ ਨਜਾਇਜ਼ ਗੱਲ ਕੀਤੀ ਸੀ, ਲੇਕਿਨ ਥੋਥੀਆਂ ਵਾਲਿਆਂ ਨੇ ਸਾਡੀ ਨਜਾਇਜ਼ ਗੱਲ ਨੂੰ ਮੰਨਦਿਆਂ ਹੋਇਆਂ ਸਾਡਾ ਟਰੈਕਟਰ ਰਿਜੈਕਟ ਕਰਤਾ ਸੀ, ਅਸੀਂ ਇਸ ਗੱਲ ਨੂੰ ਯਾਦ ਰੱਖਿਓ ਅਤੇ ਸਾਡੇ ਇਸ ਬੱਚੇ ਦੀ ਕੁਰਬਾਨੀ ਨੂੰ ਵੀ ਯਾਦ ਰੱਖਿਓ। ਚਾਚਾ ਨਵੇਂ ਨਵੇਂ ਹੁੰਦੇ ਆ, ਫਿਰ ਨਵੇਂ ਨਵੇਂ ਹੁੰਦੇ ਆ, ਮੁੰਡੇ ਬੜੇ ਤੇਜ਼ ਆ, ਦੂਜਾ ਨਿੱਕਾ ਇਹ ਤੋਂ ਵੀ ਤੇਜ਼ ਆ। ਮੁੰਡੇ ਬੜੇ ਸਿਆਣੇ ਆ ਜੀ, ਫਾਹੇ ਵਾਲੀ ਦੇ ਆ। ਵੇਖ ਕਿਵੇਂ ਗੱਡੀ ਆ ਰਹੀ ਉੱਡਦੀ ਆ ਜੀ, ਇੱਥੇ ਪਾਕਿਸਤਾਨ ਦਾ ਝੰਡਾ ਲੱਗਾ ਹੋਇਆ ਜੀ। ਵਿਨਰ ਆ ਗਿਆ ਉਸ ਤੋਂ, ਇਹ ਜਿੱਤ ਗਿਆ ਬਾਈ, ਜਿਹੜੀ ਗੱਲ ਕੀਤੀ ਸੀ ਇਹ ਵਿਨਰ ਆਇਆ, ਵਿਨਰ ਹੁੰਦੀ ਬਾਈ ਸਲਿਪ ਨੀ ਮਾਰੀ ਹੈ। ਲਓ ਜੀ ਆ ਜੀ ਇਹਨਾਂ ਨੇ ਚੈਂਪੀਅਨ ਪਾਇਆ ਜੀ, ਟਾਇਰਾਂ ਦੀ ਵੀ ਬੜੀ ਅਹਿਮੀਅਤ ਹੁੰਦੀ ਹੈ ਮੁਕਾਬਲੇ 'ਚ, ਅਤੇ ਸਰਵਿਸ ਕੰਪਨੀ ਦੇ ਚੈਂਪੀਅਨ ਟਾਇਰ ਹੈ ਜੀ, ਤੁਸੀਂ ਦੇਖ ਸਕਦੇ ਹੋ। ਕਾਹਤੇ ਚਲਾਉਂਦੇ ਹੋ ਭਾਈ, ਜਰਾ ਦੱਸੋ।